ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟ ਜੀ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਹਾਂ ਜੀ। ਕਰੋਨਾ ਕਿੱਦਾਂ? ਰਾਜਨੀਤੀ ਦਾ ਕਰੋਨਾ ਤਾਂ ਕਾਫੀ ਚਰਚਾ ਦੇ ਵਿੱਚ ਹੈ, ਪਰ ਵੈਸੇ ਕਰੋਨਾ ਕਿੱਦਾਂ? ਨਹੀਂ ਦੇਖੋ, ਕਰੋਨਾ ਹੁਣ ਗੱਲਾਂ ਦੋ ਨੇ ਕਿ ਹੁਣ ਕੀ ਕਹੀਏ। ਜੇ ਸ਼ਾਮ ਦੀ ਗੱਲ ਕਰਦੇ ਹਾਂ ਤਾਂ ਕੁਛ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਹੁਣ ਸਕਰੀਨਾਂ ਤੋਂ ਪ੍ਰਲਾਪ ਗਾਇਬ ਹੋ ਗਿਆ ਅਚਾਨਕ। ਟੈਲੀਵਿਜ਼ਨ ਚੈਨਲ ਪ੍ਰਲਾਪ ਨਹੀਂ ਦਿਖਾ ਰਹੇ। ਤੁਹਾਡੇ ਕੋਲ ਕਿੰਨੀਆਂ ਵਿਜ਼ੂਅਲਸ, ਕਿੰਨੀਆਂ ਵੀਡੀਓ ਆਉਂਦੀਆਂ ਸੀ ਡੇਲੀ ਮੇਨ ਸਟ੍ਰੀਮ ਚੈਨਲ ਦੀਆਂ, ਸਭ ਕੁਛ ਹਟ ਗਿਆ। ਜਿੱਦਾਂ ਨੋਰਮਲਾਈਜ਼ ਵੱਲ ਕਦਮ ਵਧਣੇ ਸ਼ੁਰੂ ਹੋ ਗਏ। ਮਤਲਬ ਮੇਰਾ ਇਹ ਹਮੇਸ਼ਾ ਇੱਕ ਜਿੱਦਾਂ ਕਹਿ ਲਓ ਨਾ ਕਿ ਇੱਕ ਮੇਰਾ ਸਰੋਕਾਰ ਰਹਿੰਦਾ ਕਿ ਪ੍ਰਧਾਨ ਸੇਵਕ ਕਦੋਂ ਬੋਲਣਗੇ, ਕਿਉਂਕਿ ਕਰੋਨਾ ਏਦਾਂ ਲੱਗਦਾ ਆ ਕਿ ਉਹ ਮਤਲਬ ਕਿ ਸਿੱਧੇ ਤੌਰ ਤੇ ਜੇ ਆਖੀਏ ਤਾਂ ਕਰੋਨਾ ਪੂਰਾ ਕਾਬੂ ਕਰ ਲੈਂਦੇ ਨੇ ਉਹ। ਹੁਣ ਪਰਸੋਂ ਚੌਥ ਉਹਨਾਂ ਨੇ ਸ਼ੁੱਕਰਵਾਰ ਆਖਿਆ ਸੀ, ਮੈਨੂੰ ਯਾਦ ਆ, ਸ਼ੁੱਕਰਵਾਰ ਕਿਹਾ ਸੀਗਾ ਕਿ ਅਸੀਂ ਇਹ ਜੰਗ ਜਿੱਤਣਾਗੇ। ਤੁਸੀਂ ਗ੍ਰਾਫ ਚੱਕ ਕੇ ਚੈੱਕ ਕਰ ਲਓ, ਇੰਡੀਆ ਦਾ ਗ੍ਰਾਫ ਚੈੱਕ ਕਰ ਲਓ, ਲੱਖ ਤੋਂ ਵੱਧ ਕੇਸ ਕੱਟ ਗਏ। ਇਹ ਕਮਾਲ ਦੀ ਗੱਲ ਹੈ, ਪ੍ਰਧਾਨ ਸੇਵਕ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ। ਜਾਦੂ ਹੀ ਬੋਲਣੇ ਉਹਨਾਂ ਦੇ, ਚਮਤਕਾਰ ਕਰ ਦਿੰਦੇ ਨੇ ਉਹ। ਹੁਣ ਅਮਿਤ ਸ਼ਾਹ ਜੀ ਬੋਲ ਪੈਣ ਕਿਤੇ ਕਿ ਹਾਂ ਭਾਈ ਬਸ ਆ ਪਿਆ ਕਰੋਨਾ ਵਾਲਾ ਕੰਮ, ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਉੱਕਾ ਹੀ ਮੀਡੀਆ ਮੈਨੇਜ ਵੀ ਹੋ ਜਾਏਗਾ, ਉਸ ਤੋਂ ਬਾਅਦ ਕਰੋਨਾ ਵੀ ਮੈਨੇਜ ਹੋ ਜਾਏਗਾ। ਤਾਂ ਇਹ ਜਿਹੜੀ ਮੈਨੇਜਮੈਂਟ ਹੈ, ਪਤਾ ਨਹੀਂ ਕਿੱਦਾਂ ਹੁੰਦੀ ਹੈ, ਇਤਫਾਕਨ ਹੁੰਦੀ ਹੈ ਜਾਂ ਸਾਕਣ ਹੁੰਦੀ ਹੈ ਮੈਨੂੰ ਨਹੀਂ ਪਤਾ, ਪਰ ਹੋ ਜਾਂਦੀ ਹੈ। ਇਤਫਾਕ ਹੈ ਕਿ ਜਦੋਂ ਬੋਲਦੇ ਨੇ ਕੇਸ ਘੱਟਦੇ ਆ। ਹੁਣ ਤੁਸੀਂ ਦਿੱਲੀ ਚ ਦੇਖ ਲਓ, 4000 ਕੇਸ ਹੈ ਜਿਹੜਾ, ਕਿੱਥੇ 40000 ਕੇਸ ਸੀਗਾ। ਮਾਹਰ ਕਹਿੰਦੇ ਕਿ ਟੈਸਟਿੰਗ ਘਟਾਈ ਹੈ, ਜਦੋਂ ਉਹ ਮਾਹਰ ਕਹਿੰਦੇ ਕਿ ਟੈਸਟਿੰਗ ਘਟਾਈ ਹੈ, ਫਿਰ ਅਸੀਂ ਵੀ ਕਹਿ ਦਿੰਦੇ ਕਿ ਯਾਰ ਟੈਸਟਿੰਗ ਜੇ ਘੱਟ ਸਕਦੀ ਹੈ ਤਾਂ ਵੱਧ ਕਿਉਂ ਨਹੀਂ ਸਕਦੀ, ਖਾਸ ਮੌਕੇ ਤੇ ਵਧਾਈ ਵੀ ਜਾ ਸਕਦੀ ਹੈ। ਫਿਰ ਤਾਂ ਤੁਸੀਂ ਹੇਰਾ ਫੇਰ ਕਰਦੇ ਹੋ, ਮੰਨਦੇ ਹੋ ਨਾ, ਜਿਹੜੇ ਹੁਣ ਉੱਥੇ ਬੈਠੇ ਹੋਏ ਨੇ। ਚਲੋ ਅਸੀਂ ਕਹਿੰਦੇ ਸਾਡੇ ਦੇਸ਼ ਦੇ ਉਹ ਬਸ਼ਿੰਦੇ ਨੇ ਜਿੱਥੋਂ ਅਸੀਂ ਆਏ ਹਾਂ, ਸਾਡੇ ਰਿਸ਼ਤੇਦਾਰ ਭੈਣ ਭਰਾ ਮਿੱਤਰ ਨੇ, ਸਾਡੇ ਦੇਸ਼ ਵਾਸੀ ਨੇ, ਤੇ ਜੇ ਉੱਥੇ ਮੇਰੇ ਵਰਗਾ ਹੋਵੇ, ਮੰਨ ਲਓ ਮੈਂ ਉੱਥੇ ਰਹਿੰਦਾ ਵਾਂ ਤੇ ਮੈਨੂੰ ਇਹ ਪ੍ਰੋਬਲਮ ਹੋਵੇ ਤੇ ਮੈਂ ਲੋਕਾਂ ਦੇ ਵਿੱਚ ਤੁਰਿਆ ਫਿਰਦਾ ਅਤੇ ਉਹ ਪ੍ਰਸ਼ਾਦ ਵੰਡੀ ਜਾਵਾਂ, ਮੱਸਿਆ ਪੁੰਨਿਆ ਸੰਗਰਾਂਦ ਵੀ ਜਾਵਾਂ, ਮੇਲਿਆਂ 'ਤੇ ਵੀ ਜਾਵਾਂ, ਹਾਂਜੀ ਮੈਂ ਕੁੰਭ 'ਚ ਵੀ ਜਾ ਵੜਾਂ, ਅਤੇ ਮੈਂ ਉੱਥੇ ਦੇ ਕੇ ਆਵਾਂ ਦਰਸ਼ਨਾਂ ਸਾਰਿਆਂ ਨੂੰ, ਵੀ ਮੈਨੂੰ ਪਤਾ ਹੀ ਨਾ ਹੋਵੇ ਜੇ ਮੈਂ ਟੈਸਟ ਜੇ ਵੀ ਮੇਰੀ ਟੈਸਟਿੰਗ ਹਲਕੇ 'ਚ ਟੈਸਟਿੰਗ ਨਹੀਂ ਹੋ ਰਹੀ ਤਾਂ ਮੈਨੂੰ ਕੀ ਪਤਾ ਕਿ ਮੈਨੂੰ ਇਹ ਬਿਮਾਰੀ, ਮੈਂ ਤੁਹਾਨੂੰ ਖੰਘ ਹੀ ਲੈ ਕੇ ਚੱਲਣਾ। ਦੇਖੋ ਗੱਲ ਇਹ ਆ ਸ਼ਾਬਲਾ ਸਾਹਿਬ, ਜਦੋਂ 6 ਮਹੀਨੇ ਕਰੋਨਾ ਦਾ ਜ਼ਿਕਰ ਹੀ ਨਹੀਂ ਹੋਇਆ ਇੰਡੀਆ 'ਚ, ਕਰੋਨਾ ਤਾਂ ਉਦੋਂ ਵੀ ਸੀ ਜੀ, ਡੇਲੀ ਬੰਦੇ ਤਾਂ ਉਦੋਂ ਵੀ ਮਰ ਰਹੇ ਸੀਗੇ, ਡੇਲੀ ਬੰਦੇ ਤਾਂ ਉਦੋਂ ਵੀ ਮਰ ਰਹੇ ਸੀਗੇ ਕਰੋਨਾ ਦੇ ਨਾਲ, ਉਹਦਾ ਜ਼ਿਕਰ ਹੀ ਨਹੀਂ ਕੀਤਾ ਕਿਤੇ। ਇਹਨਾਂ ਨੇ ਤਾਂ ਉਲਟਾ ਕਿਹਾ ਕਿ ਜੰਗ ਜਿੱਤੀ ਜਾ ਚੁੱਕੀ ਆ। ਉਹੀ ਕੁਛ ਹੋਏਗਾ ਫਿਰ, ਮੰਨ ਲਓ ਕੁਛ 500-700 ਬੰਦਾ ਡੇਲੀ ਮਰੀ ਜਾਊਗਾ, ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ। ਇਹੀ ਤਾਂ ਸਾਡਾ ਸਰੋਕਾਰ ਆ, ਇਹੀ ਚੀਜ਼ ਦੇ ਤੇ ਸਵਾਲ ਨੇ ਕਿ ਕਰੋਨਾ ਤਾਂ ਆ। ਹੁਣ ਦੇਖੋ ਅੱਜ ਦੀ ਖਬਰ ਆ, ਹੁਣ ਦੀ ਲੇਟੈਸਟ ਖਬਰ ਆ ਕਿ ਪਦਮ ਸ਼੍ਰੀ ਡਾਕਟਰ ਸੀਗੇ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਇੰਤਕਾਲ ਹੋਇਆ ਰਾਤੀ, ਕਰੋਨਾ ਪੋਜ਼ਿਟਿਵ ਸਨ। ਦੋਨੇ ਡੋਜ਼ਾਂ ਲਵਾਈਆਂ ਸੀ ਉਹਨਾਂ ਨੇ, ਡਾਕਟਰ KK ਅਗਰਵਾਲ ਉਹਨਾਂ ਦਾ ਨਾਮ ਹੈ ਸ਼ਾਇਦ, ਦੋਨੇ ਡੋਜ਼ਾਂ ਅਪ੍ਰੈਲ 'ਚ ਹੀ ਲੱਗੀਆਂ ਸੀ ਉਹਨਾਂ ਨੂੰ। ਹਿਸਾਬ ਲਾ ਲਓ, ਕਿਉਂਕਿ ਬਹੁਤ ਵੱਡੇ ਡਾਕਟਰ ਸੀ ਇਸ ਦੇਸ਼ ਦੇ, ਸਭ ਤੋਂ ਪਹਿਲਾਂ ਉਹਨਾਂ ਨੂੰ ਮਤਲਬ ਕਿ 2 ਡੋਜ਼ਾਂ ਦਾ ਜਿਹੜਾ ਕੋਰਸ ਅਸੀਂ ਕਰਵਾ ਦਿੱਤਾ ਕਿ ਨਹੀਂ ਬੱਚੇ। ਇਹਦਾ ਮਤਲਬ ਤੇ ਇਹੀ ਆ ਕਿ ਵੈਕਸੀਨੇਟ ਹੋ ਕੇ ਵੀ ਅਮਰ ਹੋ ਜਾਂਗੇ ਕਿ ਸਾਨੂੰ ਮੁੜ ਕੇ ਕਰੋਨਾ ਨਹੀਂ ਆਉਣਾ, ਇਹ ਸਾਡੇ ਤੇ ਇੱਕ ਸਾਨੂੰ ਮਤਲਬ ਇੱਕ ਭਰਮਜਾਲ ਹੋਊਗਾ। ਫਿਰ ਕਦੋਂ ਤੱਕ ਪਾਬੰਦੀਆਂ, ਕਦੋਂ ਤੱਕ ਇਹ ਸਭ ਕੁਛ ਚੱਲੇਗਾ? ਉਹਦੇ ਨਾਲ ਇਹੀ ਕਰਦੇ ਆ, ਜਦੋਂ ਇੰਟਰਨੈਸ਼ਨਲ ਲੈਵਲ ਤੇ ਗੱਲ ਨਿਕਲੀ, RSS ਨੂੰ ਖੁਦ ਆਲੋਚਨਾ ਕਰਨੀ ਪਈ ਮੋਦੀ ਸਰਕਾਰ ਦੀ, ਤਾਂ ਫਿਰ ਅਚਾਨਕ ਜਿਹੜਾ ਆ ਉਹ ਕਰੋਨਾ TV ਤੋਂ ਵੀ ਗਾਇਬ ਹੁੰਦਾ ਬਹੁਤ। ਨਹੀਂ ਤਾਂ ਇੱਥੇ ਇੱਕ ਸਾਡਾ ਪੰਜਾਬੀ ਚੈਨਲ ਆ, 6 ਘੰਟੇ ਡੇਲੀ ਮੈਂ ਆਪਣੀ ਵਾਈਫ ਨੂੰ ਇੱਕ ਦਿਨ ਟਾਈਮ ਚੈੱਕ ਕਰਾਇਆ, 6 ਘੰਟੇ ਉਹਨਾਂ ਨੇ ਡਰਾਇਆ ਹੀ ਆ ਕਰੋਨਾ ਦੇ। 6 ਘੰਟੇ ਮੇਨ ਸਟ੍ਰੀਮ ਦੀ ਮੀਡੀਆ, ਤੁਸੀਂ ਦੇਖ ਲਓ ਕਿ ਸਲੋਟ ਕਿੰਨੇ ਦੇ ਹੁੰਦੇ ਆ, ਕਿੰਨਾ ਕੀਮਤੀ ਸਮਾਂ ਹੁੰਦਾ ਕਿਸੇ ਵੀ ਟੈਲੀਵਿਜ਼ਨ ਚੈਨਲ ਵਾਸਤੇ ਮੇਨ ਸਟ੍ਰੀਮ ਦੇ। 6 ਘੰਟੇ ਲਗਾਤਾਰ
लगातार 6 घंटे हूँ मसा मेरे ख्याल के घंटा भी नहीं लाता दिल्ली च। तो ये सारा कुछ है जरा वो थोड़ा जिदा कह लो कि लोगों ना एम बेवकूफ बनाने वाली गल है कि जदों का मतलब के मामले बढ़ते डराना होंगे किसी खास मकसद वास्ते उदों तो बहुत वड्डे पद्धर से कवरेज कर दी जाती है जिवें इटली वाले विजुअल भी दिखाए गए थे इतने जो पहली बार थालियां बजवाइया ने इटली वाले कुरनाप दिखाए गए क्योंकि उदो इंडिया च विजुअल ही है नहीं सी इस तरह के तो वह दिखा के डराया गया ऐपकी अपने ये जड़े विजुअल से डरा के तो हूँ इदा कि लोगों को फिर सदमा दे के लोगों को फिर खड़ा किया जा रहा है कोई गल ठीक हो रहा एक तो यह हो गया मतलब ये डर भैत हैगा नोटबंदी की मार चो कुछ मात्र लोग जोड़े साइड से थोड़े बहुत जिन्होंने जोड़ के रखे से हाँ जी वो उन्होंने मिट्टी कई हो गए हाँ जी जोड़े कैश करवा च करवा ले कई अद्धो अद्धी मिले कई मतलब ये भी रोना आप देखा कोरोना का इलाज लोगों की जी हूँ पूंजी है वह भी हूंज के लैके जा रहा उत्तों इलाज बड़ा महंगा पैकेज बड़े महंगे ने देखो ए बहुत वड्डी समस्या हुण जे तुसीं देखोगे एक कल एस बी आई ने रिपोर्ट दिती है एस बी आई यानी स्टेट बैंक ऑफ इंडिया जिहड़ा उहदी रिपोर्ट दे विच ये दस्सिया गया कि हिसाब ला लो कि 30% लोकां नूं मतलब कि जिन्ने इफेक्टड लोग सीगे जिन्हां नूं मतलब कि इनफेक्शन हुई इनफेक्टड हो गए तां उहनां लोकां नूं जदों इलाज वास्ते खड़िया गया तां 30% बन गया मतलब 30% एक वर्ग जिहड़ा उह हस्पताल दे विच गया हुण उस हस्पताल दे विच मतलब कि जे आपां ला लईए कि हस्पताल दे विच गया 30% गए चले पेशेंट जिहड़ा उहनां दा बिल बणिया वा उह बणिया वा 50,000 करोड़ रुपये का इहनां दिनां दे विच जे तुसीं देखोगे तां 50,000 करोड़ 50,000 करोड़ का मतलब की है कि एक आम बंदे दी जेब दे विचों उह पूंजी निकल गई एवरेज एक बंदे का खर्चा 1.5 लाख रुपया बनता है ये एस बी आई की रिपोर्ट है 1.5 लाख हुण तुसीं एक गल सोचो कि 1.5 लाख रुपया आम बंदे वास्ते जिहड़ा सरदा पुजदा उहदे वास्ते तां कुछ भी नहीं पर गरीब किधर जाऊगा गरीब कोल ते 1.5 लाख रुपया है नहीं तो फिर जिहड़ा ये गल आपां कह दिंदे आ कि उह बंदा स्प्रैड करूगा बीमारी फिर उहदा ठीक है जिदा चलदा उहने अपना जिवें कहिंदे हुंदे ना इक शेर सीगा कि कभी आंसू तो कभी खुशी बेची हम गरीबों ने बेकसी बेची चंद सांसे खरीदने के लिए रोज थोड़ी सी जिंदगी बेची मतलब के जेडे पहले ही अपनी जिंदगी बेच चुके हैं सहां वास्ते उन्हां दे कोल ते इलाज लई है ही नहीं कुछ जां तां उन्हां नूं मरन वास्ते छड्ड दित्ता जांदा पिंडां दे विच मंजियां डटियां ने उत्थे पै जाओ बस ठीक ठाक आ ते जां फिर उह ठीक हो के मतलब के जां उन्हां नूं कुछ नहीं हुंदा कोरोना उह तां तुरू फिरूगे ਹੈਰਾਨਗੀ ਵਾਲੀ ਗੱਲ ਤਾਂ ਹੈਰਾਨਗੀ 30% ਨੇ ਇਲਾਜ ਕਰਵਾ ਲਿਆ ਪਰ ਤੁਸੀਂ ਇਹ ਦੇਖੋ ਕਿ ਕਿੰਨੇ ਪਰਸੈਂਟ ਲੋਕ ਹੋਣਗੇ ਜਿਹੜੇ ਇਸ ਇਲਾਜ ਨੂੰ ਅਫੋਰਡ ਨਹੀਂ ਕਰ ਪਾ ਰਹੇ ਹੈਰਾਨਗੀ ਵਾਲੀ ਗੱਲ ਤੇ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਸਪਲਾਈ ਭੇਜ ਰਹੀਆਂ ਨੇ ਵੈਕਸੀਨ ਭੇਜੀ ਜਾ ਰਹੀ ਹੈ ਮਾਸਕ ਗਲਵਜ਼ ਭੇਜੇ ਜਾ ਰਹੇ ਨੇ ਵੈਂਟੀਲੇਟਰ ਭੇਜੇ ਜਾ ਰਹੇ ਨੇ ਆਕਸੀਜਨ ਭੇਜੀ ਜਾ ਰਹੀ ਹੈ ਉਹ ਕੀ ਮੌਜੂਦਾ ਜਿਹੜੀ ਸਰਕਾਰ ਆ ਉੱਥੋਂ ਦੀ ਉਹਨਾਂ ਨੇ ਉਹਨਾਂ ਪਿੰਡਾਂ ਤੱਕ ਉਹਨਾਂ ਕਸਬਿਆਂ ਤੱਕ ਉਹਨਾਂ ਸ਼ਹਿਰਾਂ ਤੱਕ ਪਹੁੰਚਾਈ ਹੈ ਜਾਂ ਨਹੀਂ ਕਿਉਂਕਿ ਵੇਖੋ ਅੱਜ ਮੈਂ ਪੜ੍ਹ ਰਿਹਾ ਸੀ ਅਮਰੀਕਾ ਦੇ ਵਿੱਚੋਂ ਜਾ ਰਹੀ ਹੈ ਬੜੀ ਵੱਡੀ ਤਦਾਦ ਦੇ ਵਿੱਚ ਸਾਡੇ ਕੈਨੇਡਾ ਦੇ ਵਿੱਚੋਂ ਵੀ ਜਾ ਰਹੀ ਹੈ ਕੈਨੇਡਾ ਨੇ ਪਹਿਲਾਂ ਵੀ ਪੈਸੇ ਦਿੱਤੇ ਨੇ ਉਹ ਪੈਸਾ ਇਹ ਸਪਲਾਈ ਇਹ ਸਪਲੀਮੈਂਟ ਜਾ ਕਿੱਥੇ ਰਹੀਆਂ ਨੇ ਆਮ ਬੰਦੇ ਨੂੰ ਤਾਂ ਮਿਲ ਨਹੀਂ ਰਹੀ ਅਤੇ ਫਿਰ ਭੇਜਣ ਦਾ ਫਾਇਦਾ ਕਿੰਨਾ ਤੱਕ ਕਿਹਨਾਂ ਨੂੰ ਪਹੁੰਚਾਇਆ ਜਾ ਰਿਹਾ ਬੱਸੋਂ ਬਹੁਤ ਜ਼ਿਆਦਾ ਇੰਡੀਆ ਦੀ ਦੇਖੋ ਇੰਨੀ ਅੰਦਾਜ਼ ਤੇ ਇੰਨੀ ਵੀ ਆਪਾਂ ਨੂੰ ਵੀ ਪਤਾ ਕਿ ਬਾਹਰੋਂ ਸਾਰੀ ਆਬਾਦੀ ਨੂੰ ਕਵਰ ਕਰ ਲਿਆ ਜਾਊਗਾ ਤੁਹਾਡੀ ਅੰਦਰੂਨੀ ਜਿਹੜੀ ਪ੍ਰਬੰਧਕੀ ਢਾਂਚੇ ਦੀ ਹੁੰਦੀ ਹੈ ਨਾ ਜਿਹੜੀ ਇੱਕ ਪ੍ਰਕਿਰਿਆ ਕੰਮ ਕਰਦੀ ਹੈ ਸ਼ੁਰੂ ਤੋਂ ਲੈ ਕੇ ਉਹ ਆਪਣੇ ਲੋਕਾਂ ਨੂੰ ਬਿਹਤਰ ਇਲਾਜ ਦੇ ਸਕਦੀ ਹੈ ਕਿਉਂਕਿ ਇੰਨੀ ਮੰਨ ਲਓ ਸਾਰੀ ਦੁਨੀਆ ਇੱਕ ਹੱਲਾ ਮਾਰਦੀ ਹੈ ਕਿਆ ਚੱਕੋ ਸਮੱਗਰੀ ਤਾਂ ਇੰਡੀਆ ਇਹੋ ਜਿਹਾ ਦੇਸ਼ ਹੈ ਕਿ ਬਹੁਤ ਦੂਰ ਦਰਾਜ ਦੇ ਇਲਾਕੇ ਇਹੋ ਜਿਹੇ ਵੀ ਹੋਣਗੇ ਜਿੱਥੇ ਛੇਤੀ ਕਿਤਿਆਂ ਮਤਲਬ ਕਿ ਕੁਛ ਦਿਨਾਂ ਤੋਂ ਪਹਿਲਾਂ ਪਹੁੰਚਾ ਹੀ ਨਹੀਂ ਸਕਦੇ ਬਿਲਕੁਲ ਕਿਉਂਕਿ ਉੱਥੇ ਅੱਜ ਤੱਕ ਤਾਂ ਤੁਸੀਂ ਟੈਲੀਫੋਨ ਦਾ ਨੈਟਵਰਕ ਨਹੀਂ ਦੇ ਸਕੇ ਦੇਸ਼ ਦਾ ਇੱਕ ਹਿੱਸਾ ਅੱਜ ਤੱਕ ਟੈਲੀਫੋਨ ਦੇ ਨੈਟਵਰਕ ਤੋਂ ਵਾਂਝਾ ਵਾ ਜਿਹੜਾ ਸੜਕੀ ਢਾਂਚਾ ਤਾਂ ਛੱਡੋ ਰੇਲ ਨੈਟਵਰਕ ਤਾਂ ਉੱਥੇ ਹੋਣਾ ਹੀ ਕੀ ਹੈ ਹਵਾਈ ਨੈਟਵਰਕ ਤਾਂ ਹੋਣਾ ਹੀ ਕੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਬਹੁਤ ਚੁਣੌਤੀਆਂ ਸੀਗੀਆਂ ਜਿਹੜੀਆਂ ਕਿ ਅੱਜ ਤੋਂ 10-20-30 ਸਾਲ ਪਹਿਲਾਂ ਹੀ ਦੇਖਣੀਆਂ ਚਾਹੀਦੀਆਂ ਸੀਗੀਆਂ ਜੀ ਬਿਲਕੁਲ ਕਿ ਅਸੀਂ ਬਹੁਤ ਵੱਡੀ ਵਸੋਂ ਕਿਉਂਕਿ ਵਸੋਂ ਦੇਖੋ ਵਸੋਂ ਜਿਹੜੀ ਹੁੰਦੀ ਹੈ ਇੱਕ ਐਸੈਟ ਹੁੰਦੀ ਆ
कुछ लोग आबादी टारगेट कर दे कि आबादी चाइना क्यों अज अगला अमेरिका के बरबर खलोता बसों वो एसेट साबित हुई है नागरिक किसी भी देश का एसेट साबित होंगे तो इतने मतलब कि पंजाबियों ज होर जे वक् वक् मुल्क चो आए हैं उन्होंने ये मुल्क क्यों कम दे रहा है क्योंकि उन्होंने जरूरत है उन्होंने जरूरत है तुम उन्होंने एसेट हो तो सामभते ने इसे करके तो साढ़े देश की भी बस एक एसेट से पर एसेट को तो इस्तेमाल कर लिया इतों तक आ गया इनी करप्शन के बावजूद इन गलत नीतियों के बावजूद चलो वधिया इकोनमी एक तुम बहाल कर ली पर उस एसेट का सोचा कुछ नहीं है तुसी जो उन्हें तुहानू दिता तुसी बदले च जो देना सीगा वो नहीं दे पाए ये सब तो बड़ा इस सिस्टम का फेल्यूर है। 9058131320958131320 मिंटू जी भाजपा का एक एम एल ए आ यूपी का वो मैं गल खबर भी सुना के हटिया तो नज़रिया लेना चाहना कि वेखो दहशत का माहौल किन्ना जे भाजपा का एम एल ए जिन्हों लोगों ने वोटा पा के उन्होंने मुद्दे उभारन वास्ते चुने उन्होंने गल जी है वह पहुँचा वास्ते भी तुम साड़ी मुख्यमंत्री तक प्रधानमंत्री तक जड़े ऑफिसर्स ने उन्होंने तक पहुँचाने तो साढ़े काम कराने ने माड़ा चंगा हो रहा तुम उ बोलना है जे मूँह खोलिया मैं तो मैनू भी टंग देंगे देश द्रोही मुकदमा लग सकता चल सकता मेरे हिसाब किताब जिम्मे ना सा बजुर्ग कहते कि काल हथ कमान बुढ़ा बचे ना जवान मतलब कि काल दे हथ कमान है बुढ़ा भी गया ते जवान भी गया जो ओरी आई आ गई तो उ है कि फिर ए अगे तो जरा भी आ गया योगी के अगे चाहे कोई अपना चाहे कोई बगाना तो वह झटका दिता गया तो देखो कैसा मंजर है इस टाइम कैसा साढ़े इस देश का दृश्य है कि जिते एम एल ए भी कितने ना कि डर रहा है एमएलए भी डर वैसे तो हूँ साढ़े आ जे कैप्टन अमरिंदर सिंह आए भी अमित शाह की केतली की चाह पी आए हैं कुछ ना कुछ असर होंगे संगत का वैसे मैं छोटे होंगे ने कविशरी सुनी सी खोटी खोटी संगत डोबदी बेड़े तक संगत पार करे खोटी संगत डोबदी बेड़े पता नहीं किड़े कविशर से जोगा सिंह जोगी से जकड़े थे लोग आते होंगे थे छोटे होंगे अभी सुनते होंगे तो संगत का असर होंगे जैसी संगत तैसी रंगत तो यह भी हूँ कि अपने बंद सप्रैस कर रहे हैं मतलब यह ठीक नहीं है जे तुसी देखो क्योंकि देश की राजनीति का जे मुहांदरा वधिया करना है तो फिर जिहड़ी अंदरूनी आजादी है किसी भी पार्टी के अंदरूनी आजादी है वो कायम रहनी चाहिए है जब तक तुहाडी पार्टी की अंदरूनी आजादी इस तरह की घुटन महसूस करूगी कि एक एमएलए कहता कि यार जे असी सच बोलिया वैसे चिट्ठिया लिखिया ने एमएलए ने यूपी का जिहड़ा हाल आ सबनों पता वा कि किस तरह हुण केस घटा रहे हैं किस तरह टैसटिंग घटा रहे हैं पर बहुत सारिया चिट्ठिया लिख चुके हैं इन्हां दे मैंबर पार्लीमेंट कुरला चुके हैं कि कोई साड़ी सुनता नहीं इन्हां दे एक विधायक की बीबी बीमार हो गई वह लैके गया एक शहर गया उ हस्पताल नहीं मिले फिर गांह गया उ मिलया तो दो घंटे वह बीबी भोने से पई रही मर गई एक विधायक का यह हाल है दुखी तो है ही है पर मेरे ख्याल के ना जो अंदरूनी एक कह लो कि होनी चाहिए आजादी बोलने की वह सारिया पार्टिया च ही रहनी चाहिए है जी अज प्रगट बोलिया तो तुम वो दुआले हो गए जे ये बोलिया बेचारा कोई यूपी वाला वो डरता कि मैंने देश द्रोही ना कहता कहम का मतलब कि यही तो बेड़ा गर्क करने वाली नीति है ना कि जे तुम पार्टी चो तो बस सिर्फ पार्टी लाइन ही तो करनी है तुम अपनी कोई गल ही नहीं करनी जी। और जाखड़ साहब नूं हुण विजिलेंस की जांच की अफवाह बारे कहना पिया क्योंकि जिहड़ा नवजोत सिद्धू है वो द्वारे कहिंदे सकंजा कसण की तैयारियां सी हुण प्रगट की गल खुणी है भाजपा के एम एल ए देखो सरकार किवें दबाउंदियां ने अपने मतलब बोलों पगाउण वास्ते हुण जाखड़ की गल करांगे जाखड़ साहब की विजिलेंस की जांच अफवाह परंतु उस तो पहला दोस्तों आई पी टी वी बॉक्स बारे मैं जानकारी देना चाहवागा तुहाडा ही रिमोट होगा तुहाडा ही आई पी टी वी बॉक्स होगा तो टैलीविजन भी तुहाडा होगा तो फिल्म चलचित्र टैलीविजन जो ए बी सी तुसीं देखदे हो वह भी उस तरह का होगा मोर दैन 60% तुहाडी सेविंग हो जाएगी पूरे नॉर्थ अमेरिका दे विच जिथे भी तुसी सानू सुन रहे हो देख रहे हो अपना आई पी टी वी बॉक्स साढ़े नाल स्विच करवाउणा होवे 6475545
5859। ये सर्विस सवेर के 9 बजे तो लैके रात के 10 बजे तक 7 डे तुसी लै सकते हो। हाँ, सैटरडे संडे थोड़ा जहा 8 बजे तक है, बाकी तुसी 10 बजे तक लै सकते हो। मारो मुद्दियां IPTV बॉक्स में, वो जी मैक ID खिंच के सानू तुसी उहदी फोटो भेज देनी है, थले नाम ते फोन नंबर लिख देना है, तो विद इन फ्यू मिनट के 2-4 मिनटा के सर्विस तुहाडी साडे नाल जुड़ जाएगी। 6475545859। और तुसी कोई प्रॉपर्टी वेचनी है, खरीदनी है, या किसी तरह की कोई जानकारी लेनी है, होटल मोटल प्लाजा गैस स्टेशन, तो अर्शना नूं कॉल कर लियो। मिलियन तो लैके 100-150 मिलियन तक भी तुहाडा जे सौदा है तो वह रीजनेबल ऑफर तुसी दसोगे, वो साइन बैक मिल जाएगा। 6472961941 या 416-303-1515। हाँ, गल चलती पई सीगी भाजपा के MLA की, जे मैं मूँह खोलिया तो मैं टंग देंगे। अज चंद फतेहपुरी साहब का एक लेख छपया है नवा जमाना दे विच, UP के पिंडा का रब राखा। मिंटू जी की गलबात तो बाद 5 मिनट का वो आर्टिकल थोड़े नाल असी सांझा करना है। सुनियो, उन्होंने अपनी अखबार के लिखा है, तो संपादकी जिहड़ा पन्ना हुंदा ना वो हर अखबार का एक निचोड़ हुंदा है, रेडियो टैलीविजन जिहड़ी आपां गल्लां करदे आ टाक शो निचोड़ हुंदे ने, सो जरूर सुनना मैं तुहानूं सांझा करांगा। परंतु उस तो पहला जाखड़ साहब विजिलेंस की जांच अफवाह की कहना चाहोगे मिंटू जी? हाँ जी, हाँ जी, ग्राफ अज का भी आ गया सामने, मैं तुहानूं वो अपडेट कर देवां। अज भी केस घट गए इंडिया च, अच्छी गल आ। कल 2,81,000 सी, अज 2,62,000 आ। और कमाल की गल आ कि रिकवरी रेट तो छाला मार गई आ, 4,22,000 बंदा रिकवर हो गया। मतलब कि जिन्हें हुण केस आए आ, रिकवरी रेट जो रिकवरी रेट वध जांदी आ, समझ लो मैं जिवें तुहानूं कहा सीगा कि समझ लो फिर करोना जिहड़ा गया खुद नूं, ला चलो चंगी गल आ खत्म हो जावे अचानक। हाँ जी, कल 3,78,000 सी, अज 4,22,000, जे देखिए तां परसों 3,62,000 सी रिकवरी। रिकवरी बहुत बढ़ रही है, एक चंगी गल आ। खैर चलो, रिकवरी बारे तो मिंटू जी तुसीं पहला भी बड़ा वधिया जिहड़ा कहा सी कि रिकवरी वेखो, है ना, आपां कल्लां भी गल करदे, साल हो गया आपां नूं कि रिकवरी इंडिया दे लोकां दी बहुत जबरदस्त है। हां जी, हुण आक्सीजन खत्म हो गई, देखो रौणा करना जिहड़ा सी मिंटू जी ओह इस करके सीगा कि यकदम ऑक्सीजन जो खत्म हो गई तो रिकवरी रेट घटिया, इस करके क्योंकि ऑक्सीजन थोड़ी बहुत बंदे नूं मिले, सप्लाई मिलती गई, मेडिसिन मिलती गई, तो कुछ अपने अंदर भी जी इम्यूनिटी स्ट्रोंोंग है उन्हों की, तो इस करके वो रिकवर ज़्यादा हो गए। जो ऑक्सीजन बिल्कुल खत्म हो गई सी, इस करके मुद्दे मुँह डिगने हुए शुरू लोग, करके हर काम मचिया ज़्यादा, ये भी कहा जा सकता। हाँ जी, नहीं नहीं, तुम एक चीज नोट करो, 4,000 तो वह डैथ नहीं हुई इंडिया, 4,042 इतने रही है। शायद तुहानू पता होगा कि इंडिया के इन्ने शहर है, जे इन्हां दे अंकड़े नूं लैके चलोगे तो पर सिटी एक, जे पर मिल, क्योंकि केस जिहड़े पर मिलियन के हिसाब नाल होंदे, पर मिलियन के हिसाब नाल ला लोगे तो तद भी US ब्राजील उन्हां तो कितने इंडिया थले होगा, जे इन्हां दे अंकड़े से तवार करो। नहीं वो तां पर वो जिहड़ा इन्ने पैनिक क्रिएट किया जाता पॉजिटिव चीजा नूं पासे रख के, वो एक बहुत कही है कि वो इस बीमारी के नुकसानदायक साबित होया, क्योंकि लोग माड़े माड़े मतलब कि माड़ी माड़ी समस्या से भी भजे कि साडा बंदा ना चल जाए यार, बंदा ना चल जाए उस चीज ने ज्यादा, क्योंकि इन्होंने को स्टॉक तो है नहीं सी इन चीजा के, वेंटीलेटर इन्होंने खराब थी, ऑक्सीजन की किल्लत इन्होंने सी, स्टाफ से इंडिया च कदे पूरा होया ही नहीं मेडिकल स्टाफ से, उसे 10-20 लाख नर्सा भी अज भर्ती कर तद कि जाके माड़ा मोटा स्टाफ जोड़ा पूरा होएगा, तो कहने का मतलब यह है कि उस चीज ने नुकसान किया कि मीडिया जो एक साइड दिखाता डार्क साइड दिखाता किसी भी चीज की, तो जो लोग होंगे पैसित हो जाते हैं कि गै, तो जोड़ा बंदा माड़ा जहा भी बीमार होएगा वो जिदे कोई छली पूनी हैगी अगला ला दिता वे कि बंदा साडा चला ना जाए। और हस्पताल का की है, अज तुम भास्कर अखबार के पन्नियां पहले से देखो, एक मुड़ा वा कि उन्हें मरते हुए ने मैसेज किया अपनी मां को, वो पढ़ो की मैसेज कर रहे हैं कि 3 दिनों तो ऑक्सीजन नहीं दी जा रही, तो जे मां गल कर दी है डॉक्टर नालों कहना मैं तेरे चपेड़ा मारूंगा जे लगी हुई, तो देखो बिहेव की है। कल एक साढ़े इतनी सिटी स्कैन सेंटर इन्होंने सील किया वा, 4,500 रुपया ले रहा सी सिटी स्कैन का, 4,500, जबकि 7-800 रुपया वो कीमत आ, क्योंकि बीबिया का होंगे अक्सर जो तुम देखोगे, जो अपने भी कोई प्रॉब्लम आती है आप सिटी स्कैन करवाने
ਤਾਂ ਉਹ ਕੀਮਤ ਜਿਹੜੀ 700-800 ਸੀ ਉਹ ਵਧਾ ਕੇ ਕਿੱਥੇ ਕਰੀ ਬੈਠੇ ਨੇ 4500-4500। ਤਾਂ ਉਹਨਾਂ ਨੇ ਆਪਣਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ। ਖੈਰ ਚਾਚਾ ਚੌਧਰੀ ਦੀ ਗੱਲ ਕਰਨਗੇ, ਮੇਰੇ ਗੁਆਂਢੀ ਆ ਚਾਚਾ ਚੌਧਰੀ, ਤੇ ਪਰ ਚਾਚਾ ਚੌਧਰੀ ਅੱਜ ਕੱਲ੍ਹ ਬਹੁਤ ਜ਼ਿਆਦਾ ਨਾ ਕਹਿ ਲਓ ਕਿ ਉਲਝੇ ਹੋਏ ਆ, ਕਾਂਗਰਸ ਦੀ ਖੇਡ ਦੇ ਵਿੱਚ ਹੀ ਉਲਝੇ ਹੋਏ ਆ। ਵੈਸੇ ਅਫਵਾਹ ਕਹਿੰਦੇ ਉਹ ਤਾਂ ਕਿਸੇ ਨੇ ਨਾ ਇੱਕ ਦਿਨ ਭੇਜਿਆ ਸੀ ਵਟਸਐਪ ਤੇ ਟਵਿੱਟਰ ਤੇ ਕਿ ਹਮਾਰੀ ਅਫਵਾਹ ਕੇ ਦੂਏ ਵਹੀ ਸੇ ਉੱਠਤੇ ਹੈ ਜਹਾਂ ਹਮਾਰੀ ਨਾਮ ਸੇ ਆਗ ਲਗਤੀ ਹੈ, ਜਹਾਂ ਹਮਾਰੇ ਨਾਮ ਸੇ ਆਗ ਲਗਤੀ ਹੈ। ਤਾਂ ਨਾਮ ਕਿਹਦਾ ਇਸ ਟਾਈਮ ਚੱਲ ਰਿਹਾ? ਜ਼ਿਆਦਾ ਸਿੱਧੂ ਦਾ, ਸਿੱਧੂ ਦਾ ਨਾਂ ਚੱਲਦਾ ਪਿਆ, ਕਿਉਂਕਿ ਵਿਜੀਲੈਂਸ ਵੀ ਇਹ ਕਹਿੰਦੇ ਆ ਕਿ ਪੜਤਾਲ ਜਿਹੜੀ ਸਿੱਧੂ ਦੇ ਖਿਲਾਫ ਖੋਲਣ ਦੀ ਗੱਲ ਕੀਤੀ ਜਾ ਰਹੀ ਆ ਉਹ ਅਫਵਾਹ ਆ। ਅਫਵਾਹ ਨਹੀਂ ਹੈ ਸਰ, ਅਫਵਾਹ ਨਹੀਂ ਹੈ। ਕਿਉਂ? ਕਿਉਂਕਿ ਜਿਸ ਦਿਨ ਇਹ ਖਬਰ ਇੱਕ ਚੈਨਲ ਨੇ ਚਲਾਈ, ਇੱਕ ਟੈਲੀਵਿਜ਼ਨ ਚੈਨਲ ਨੇ ਚਲਾਈ, ਵਧੀਆ ਰਿਪੋਰਟਿੰਗ ਕੀਤੀ ਉਹ ਮੁੰਡੇ ਨੇ ਕੱਢ ਕੇ ਲਿਆਂਦਾ ਜਦੋਂ ਅੰਦਰ ਦਾ ਸਾਰਾ ਇਹ ਖਾਖਾ। ਉਸ ਤੋਂ ਬਾਅਦ ਇਹਨਾਂ ਦਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਜਿਹੜਾ ਹੈੱਡ ਆ ਉਹ ਖੁਦ ਔਨ ਰਿਕਾਰਡ ਬੋਲਿਆ, ਔਰ ਮੈਂ ਉਹਨੂੰ ਸੁਣਿਆ, ਦਿਨੇਸ਼ ਬਾਸੀ ਜਾਂ ਦਿਨੇਸ਼ ਬਾਸੀ ਕੁਛ ਐਸਾ ਨਾਮ ਸੀ ਉਹਦਾ, ਉਹਨੇ ਨਾ ਸਿਰਫ ਸਿੱਧੂ ਦੇ ਨੇੜਲਿਆਂ ਤੇ ਦੋਸ਼ ਲਾਏ ਕਿ ਕਿਸ ਤਰ੍ਹਾਂ ਸਾਡੀ ਪ੍ਰੋਪਰਟੀ ਜਿਹੜੀ ਗਾਂ ਸੀਗੀ ਆਪ ਲੈ ਕੇ ਤੇ ਗਾਂ ਲੀਜ਼ ਤੇ ਦਿੱਤੀ ਗਈ ਮਹਿੰਗੇ ਭਾਵਾਂ ਤੇ, ਜਿਹੜੀ ਕਿ ਦੁਰਵਰਤੋਂ ਹੈ, ਬਲਕਿ ਇਹ ਵੀ ਕਿਹਾ ਕਿ ਅਸੀਂ ਕੁਛ ਫਾਈਲਾਂ ਹੈਂਡਓਵਰ ਕੀਤੀਆਂ ਨੇ। ਤਾਂ ਤੁਸੀਂ ਪੂਰਾ ਹੀ ਚਾਚਾ ਚੌਧਰੀ ਝੂਠ ਬੋਲ ਰਹੇ ਹੋ ਕਿ ਤੁਹਾਡੇ ਆਪਣੇ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਹੈ ਜਿਹੜਾ ਉਹ ਕਹਿ ਰਿਹਾ ਕਿ ਹਾਂ ਇਹ ਜਿਹੜੀ ਸਾਡੀ ਪ੍ਰੋਪਰਟੀ ਸੀ ਬੇਸ਼ਕੀਮਤੀ ਪ੍ਰੋਪਰਟੀ ਸੀ ਉਹਦਾ ਕਿਤੇ ਨਾ ਕਿਤੇ ਮਿਸਯੂਜ਼ ਹੋਇਆ ਔਰ ਅਸੀਂ ਆਪਣਾ ਰਿਕਾਰਡ ਜਿਹੜਾ ਹੈਂਡਓਵਰ ਕੀਤਾ ਵਾ। ਤੁਸੀਂ ਕਹਿੰਦੇ ਕਿ ਅਫਵਾਹ? ਅਫਵਾਹ ਨਹੀਂ ਹੈ ਸਰ, ਅਫਵਾਹ ਨਹੀਂ ਹੈ। ਗੱਲ ਇਹ ਆ ਕਿ ਤੁਹਾਡੇ ਇਸ ਟਾਈਮ ਪਹੁੰਚੇ ਜਿਹੜੇ ਦੋਨੇ ਪਜਾਮੇ ਦੇ ਪਹੁੰਚੇ ਉਹ ਚੇਨ ਚ ਫਸ ਗਏ ਇੱਕੋ ਸਾਈਡ ਤੋਂ, ਨਾ ਉੱਧਰ ਦੇ ਆ ਨਾ ਉੱਧਰ ਦੇ ਆ। ਕਿਉਂਕਿ ਜੇ ਤੁਸੀਂ ਦੇਖੋਗੇ ਆਲਾ ਕਮਾਨ ਨੇ ਤਾਂ ਮੈਨੂੰ ਲੱਗਦਾ ਥਾਪੜਾ ਜਿਹੜੀ ਦਿੱਤੀ ਹੋਈ ਹੈ ਇੱਕ ਗਰੁੱਪ ਨੂੰ, ਤੁਸੀਂ ਉੱਥੇ ਕੁਛ ਕਰ ਨਹੀਂ ਸਕਦੇ, ਪਰ ਇਧਰੋਂ ਵੀ ਦੂਜੇ ਗਰੁੱਪ ਨਾਲ ਵੀ ਨਹੀਂ ਵਿਗਾੜਨਾ ਚਾਹੁੰਦੇ। ਆਹ ਦਿੱਕਤ ਆ, ਆਹ ਪਰੇਸ਼ਾਨੀ ਆ। ਨਹੀਂ ਤੇ ਇਹ ਤਾਂ ਲੈਟਰ ਲਿਖ ਦਿੰਦੇ, ਪੈਨਸਲ ਤੇ ਜੇਬ ਵੀ ਪਾਈ ਫਿਰ ਦਿੰਦੇ ਨਾਲ ਦੀ ਨਾਲ ਅਨੁਸ਼ਾਸਨਹੀਣਤਾ ਦੀ, ਹੁਣ ਕਿਉਂ ਨਹੀਂ ਲਿਖੀ ਜਾ ਰਹੀ? ਇਹ ਬਹੁਤ ਵੱਡੀ ਗੱਲ ਹੈ। ਔਰ ਤੁਸੀਂ ਗੱਲ ਇਸ ਮੁੱਦੇ ਦੀ ਕਰੋ ਕਿ ਪ੍ਰਗਟ ਨੂੰ ਕਿਹਨੇ ਧਮਕਾਇਆ, ਕਿ ਪ੍ਰਗਟ ਕਾਂਗਰਸ ਹੀ ਨਹੀਂ ਇਸ ਟਾਈਮ? ਤੁਸੀਂ ਉਹਦੀ ਗੱਲ ਕਰੋ ਕਿ ਕੀ ਇਹ ਵੀ ਅਨੁਸ਼ਾਸਨਹੀਣਤਾ ਨਹੀਂ ਹੈ? ਤੁਸੀਂ ਇਹ ਵੀ ਤਾਂ ਬਹੁਤ ਵੱਡਾ ਮੁੱਦਾ ਹੈ ਨਾ ਕਿ ਕਾਂਗਰਸ ਦੇ ਹੈੱਡ ਦੇ ਤੌਰ ਤੇ ਤੁਸੀਂ ਉਹ ਸਫਾਈ ਦੇ ਰਹੇ ਹੋ ਕਿ ਨਹੀਂ 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 ਵਿਜੀਲੈਂਸ ਦੀ ਗੱਲ ਅਫਵਾਹ ਹੈ ਜਿਹੜੀ ਕਿ ਤੁਹਾਡੇ ਬੰਦੇ ਹੀ ਨਕਾਰਦੇ ਇਸ ਚੀਜ਼ ਨੂੰ। ਖੁਦ ਰੰਧਾਵਾ ਨੇ ਕਿਹਾ ਕਿ ਵਿਜੀਲੈਂਸ ਦੀ ਤੱਕ ਵਰਤੋਂ ਕਰਦਾ ਜਿਹਦੇ ਕੋਲ ਵੀ ਹੁੰਦੀ ਹੈ। ਤਾਂ ਦੂਜੇ ਪਾਸੇ ਤੁਸੀਂ ਪ੍ਰਗਟ ਵਾਲੀ ਗੱਲ ਨੂੰ ਹੋਲ ਮੋਲ ਕਰ ਰਹੇ ਹੋ, ਜਿੱਥੇ ਸਿੱਧੇ ਤੌਰ ਤੇ ਇੱਕ ਤੁਹਾਡਾ ਵਧਾਇਕ ਜਿਹੜਾ ਇੱਕ ਇੰਟਰਨੈਸ਼ਨਲ ਆਈਕੋਨ ਹੈ ਉਹ ਕਹਿੰਦਾ ਕਿ ਮੈਨੂੰ ਧਮਕਾਇਆ ਜਾਏਗਾ ਕਿ ਤੈਨੂੰ ਠੋਕ ਦਿਆਂਗੇ, ਤੁਸੀਂ ਉਹਦੀ ਗੱਲ ਕਰੋ ਕਿ ਕੀ ਉਹ ਧਮਕੀ ਵਾਜਬ ਹੈ ਜਾਂ ਨਹੀਂ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।